पहले तो ये दसो कि लिफ्ट च नहीं फसे तुसी अज नहीं 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 आज नहीं फसी नहीं मैं सुना तुसी लिफ्ट च फस जाने एक बारी फस गई सी मैं सीरियल दे टाइम ते ओके बहुत माड़ा एक्सपीरियंस सी लाइफ दा की कहंदे सारे ईशा लिफ्ट सांगी हां उन्होंने लगा गई अच्छा रब प्यारी हो गई क्या रब नु प्यारी हो गई इन्नी सोहनी कुड़ी रब नु क्यों प्यारी हो गई लेकिन तुसी टाइम डरदे हो रंका हो डरदे हो हां डरदी हां पापा आए भी नहीं ता थोड़े बिजी भी से मेरा डॉग बीमार सी ना ता करके वो थोड़ा ओ कानू याद करा तो दिन में डॉग वाला हुन जे मैं सेट वाली कहानियां पूछ ला ते फिर तुने दसड़ियां नहीं कैमरा ते सही गल ता लास्ट जेड़ा सीन सी जिदे च सारा कहंदी है कि ओदा दा नवे आर्टिस्ट नु बोलदे हैं काम करो वधिया काम करो पर टैलेंट नु आगे वधन भी नहीं देंदे हां ता ओ मेनू फिट किता मैं चंगे लोग की भी बहुत है दाद सर देखो किन्ने सोने हैं किन्ने वधिया बंदे हैं वो टैलेंट नु ज्यादा इंपॉर्टेंस देंदे हैं तो इतना तो और भी होने हैं हां दाद सर ने तारीफ करने पे एक्सेल पे नहीं हम देंगे आपके आज देंगे तो पहले शाही पनीर आंदा तो कढ़ाई पनीर शाही पनीर पनीर की सारी रेसिपीज ऑन दे अच्छा जेड़ा इडली सांभर वगैरह ये मैं सुने है मम्मी बनाते हैं और सेट दे उन लोग की क्या-क्या खवांदे मैं अपना ओ मैं झूठ कह दूं कुड़ियां झूठ बोल दिया ने बाकी सच है पता भी लगन लग रहा है रील्स दे ले लोकेशन सब तो बढ़िया केड़ी है रील्स दे ले मेरा मेरे घर दी लोकेशन बहुत बढ़िया सी मैं छटता हूं फ्लैट भाई वो पे ओथे जाके देखो इंस्टाग्राम कल्ली मैं कह यार होर लोकेशन किथे ने बट मैं पूछ के आला फेवरेट दी बात करूं आजकल तुम देख रहे हो फिल्मी बाइट्स ते आज सोनू असी खास किरदार ना मिलवावांगे ते आज स्क्रीनिंग ते आए हुए हैं असी पेंटर मूवी दे ते पर उस वे गलती का बलैती पर बड़ी इमली भी ਸਾਡੇ ਨਾਲ ਨੇ ਈਸ਼ਾ ਗੁਪਤਾ ਹੋਰੀ ਸਾਡੇ ਨਾਲ ਨੇ ਸੱਚੀ ਗੱਲ ਈਸ਼ਾ ਗੁਪਤਾ ਠੀਕ ਹੋ ਸੱਚੀ ਗੱਲ ਵਧੀਆ ਕੀ ਹਾਲ ਚਾਲ ਨੇ ਘਰ ਪਰਿਵਾਰ ਸੱਚ ਬਹੁਤ ਵਧੀਆ ਅੱਛਾ ਪਹਿਲਾਂ ਤਾਂ ਇਹ ਦੱਸੋ ਕਿ ਲਿਫਟ 'ਚ ਤਾਂ ਨਹੀਂ ਫਸੇ ਤੁਸੀਂ ਅੱਜ ਨਹੀਂ 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 ਅੱਜ ਨਹੀਂ ਫਸੀ ਨਹੀਂ ਮੈਂ ਸੁਣਿਆ ਤੁਸੀਂ ਲਿਫਟ 'ਚ ਫਸ ਜਾਂਦੇ ਇੱਕ ਵਾਰੀ ਫਸ ਗਈ ਸੀ ਮੈਂ ਸੀਰੀਅਲ ਦੇ ਟਾਈਮ ਤੇ ਓਕੇ ਬਹੁਤ ਮਾੜਾ ਐਕਸਪੀਰੀਅੰਸ ਸੀ ਲਾਈਫ ਦਾ ਕੀ ਕਹਿੰਦੇ ਸਾਰੇ ਈਸ਼ਾ ਲਿਫਟ 'ਚ ਸੰਗੀ ਹਾਂ ਉਹਨਾਂ ਨੂੰ ਲੱਗਾ ਗਈ ਅੱਛਾ ਰੱਬ ਨੂੰ ਪਿਆਰੀ ਹੋ ਗਈ ਕਿਆ ਰੱਬ ਨੂੰ ਪਿਆਰੀ ਹੋ ਗਈ ਇੰਨੀ ਸੋਹਣੀ ਕੁੜੀ ਰੱਬ ਨੂੰ ਕਿਉਂ ਪਿਆਰੀ ਹੋਵੇ अच्छा दूसरी गल ਤੁਸੀਂ ਅੰਬ੍ਰੇਲਾ ਲੈ ਕੇ ਤੁਹਾਡੀ ਛਤਰੀ ਨਹੀਂ ਦਿਖ ਰਹੀ ਕਿਸ ਵਜ੍ਹਾ ਸੇ ਕਿਸ ਤਰ੍ਹਾਂ ਕਿਉਂ ਨਹੀਂ ਲੱਗੇ ਤੁਹਾਨੂੰ ਸਾਰਾ ਕੁਝ ਯਾਦ ਹੈ ਯਾਦ ਰੱਖਣਾ ਪੈਂਦਾ ਕੀ ਵਰ ਕੋਈ ਇੰਟਰਵਿਊ ਚ ਕਦੋਂ ਵਾਜੀ ਕੀ ਪਤਾ ਹੁੰਦਾ ਲੇਕਿਨ ਤੁਸੀਂ ਟਾਈਮ ਡਰਦੇ ਹੋ ਰੰਕਾ ਹੋਂ ਤੋਂ ਡਰਦੇ ਹੋ ਹਾਂ ਡਰਦੀ ਹਾਂ ਪਾਪਾ ਆਏ ਵੀ ਨਹੀਂ ਤਾਂ ਉਹ ਥੋੜੇ ਬਿਜ਼ੀ ਵੀ ਸੀ ਮੇਰਾ ਡੌਗ ਬਿਮਾਰ ਸੀ ਨਾ ਤਾਂ ਕਰਕੇ ਉਹ ਥੋੜਾ ਉਹ ਕਾਨੂੰ ਯਾਦ ਕਰਾ ਤਾ ਦਿਨ ਮੈਂ ਡੌਗ ਵਾਲਾ ਹੁਣ ਜੇ ਮੈਂ ਸੈੱਟ ਵਾਲੀਆਂ ਕਹਾਣੀਆਂ ਪੁੱਛ ਲਾਂ ਤੇ ਫਿਰ ਤੁਸੀਂ ਦੱਸੜੀਆਂ ਨਹੀਂ ਕੈਮਰਾ ਤੇ ਸਹੀ ਗੱਲ ਪੁੱਛੋ ਉਹਦੇ ਬਾਰੇ ਡੌਗ ਬਾਰੇ ਦੱਸੋ ਪੁੱਛੋ ਅੱਛਾ ਡੌਗ ਪੱਕੀ ਗੱਲ ਹੈ ਦੇਖ ਲਓ ਫਿਰ ਪਰਜੋਗੇ ਅੱਛਾ ਪਹਿਲਾਂ ਇਹ ਦੱਸੋ ਕਿਚਨ ਦਾ ਕੰਮ ਕਿੰਨਾ ਕਿੰਨਾ ਹੋ ਗਿਆ ਤੁਹਾਨੂੰ ਹੁਣ ਤਾਂ ਮੈਨੂੰ ਸਾਰਾ ਕੁਝ ਆ ਗਿਆ ਉਹ ਯਾਰ ਮੈਂ ਕਿਸੇ ਹੋਰ ਪਾਸੇ ਵਗਿਆ ਫਿਲਮ ਬਾਰੇ ਗੱਲ ਕਰਨੀ ਪਹਿਲਾਂ ਅੱਛਾ ਸਕਰੀਨਿੰਗ ਰਹਿ ਪਹਿਲਾਂ ਫਿਲਮ ਦੱਸ ਕਿੱਦਾਂ ਲੱਗੀ ਫਿਲਮ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਬਹੁਤ ਸੋਹਣਾ ਮੈਸੇਜ ਕਿ ਬੱਚਾ ਆਪ ਹੋ ਨਾ ਮੈਂ ਹੈਗੀ ਆ ਬਟ ਸਟੋਰੀ ਉਦਾਂ ਵੀ ਬਹੁਤ ਵਧੀਆ ਹੈ ਬਿਲਕੁਲ ਤਾਂ ਲਾਸਟ ਜਿਹੜਾ ਸੀਨ ਸੀ ਜਿਹਦੇ ਚ ਸਾਰਾ ਕਹਿੰਦੀ ਹੈ ਕਿ ਉਦਾਂ ਦਾ ਨਵੇਂ ਆਰਟਿਸਟ ਨੂੰ ਬੋਲਦੇ ਆ ਕੰਮ ਕਰੋ ਵਧੀਆ ਕੰਮ ਕਰੋ ਪਰ ਟੈਲੈਂਟ ਨੂੰ ਅੱਗੇ ਵਧਣ ਵੀ ਨਹੀਂ ਦਿੰਦੇ ਹਾਂ ਤਾਂ ਉਹ ਮੈਨੂੰ ਫਿੱਟ ਕੀਤਾ ਮੈਸੇਜ ਹਿੰਦੀ ਪੰਜਾਬੀ ਦੀ ਪ੍ਰੋਬਲਮ ਹੈ ਥੋੜੀ ਦੇਰ ਅੱਛਾ ਬਾਕੀ ਆ ਜਿਹੜਾ ਨਵਾਂ ਆਰਟਿਸਟ ਨੂੰ ਅੱਗੇ ਵਧਣ ਨਹੀਂ ਦਿੱਤਾ ਤਾਂ ਕੁੜੀਆਂ ਨੇ ਬਾਕੀ ਜਿੱਦਾਂ ਫਿਲਮ 'ਚ ਦਿਖਾਇਆ ਗਿਆ ਹੁੰਦਾ ਇਦਾਂ ਹੁੰਦਾ ਕਾਫੀ ਹੱਦ ਤੱਕ ਤਾਂ ਹੁੰਦਾ ਹੈ ਬਟ ਐਦਾਂ ਨਹੀਂ ਹੈ ਕਿ ਸਾਰੇ ਹੀ ਮਾੜੇ ਆ ਚੰਗੇ ਲੋਕ ਕੀ ਵੀ ਬਹੁਤ ਆ ਦਾਦ ਸਰ ਦੇਖੋ ਕਿੰਨੇ ਸੋਹਣੇ ਆ ਕਿੰਨੇ ਵਧੀਆ ਬੰਦੇ ਆ ਉਹ ਟੈਲੈਂਟ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਆ ਤਾਂ ਐਦਾਂ ਦੇ ਹੋਰ ਵੀ ਹੋਣੇ ਆ ਆ ਦਾਦ ਸਰ ਨੂੰ ਤਾਰੀਫ ਕਰਨ ਦੇ ਪੈਸੇ ਐਕਸਲ ਤੇ ਨਹੀਂ ਹੁਣ ਦੇਣਗੇ ਅੱਜ ਦੇਣਗੇ ਅੱਛਾ ਅੱਜ ਗੱਲ ਕਰੀਏ ਤੁਹਾਨੂੰ ਭੁੱਖ ਤਾਂ ਲੱਗੀ ਕਿਉਂਕਿ ਮੈਂ ਸੁਣਿਆ ਤੁਸੀਂ ਇਟਲੀ ਸਾਂਬਰ ਵਗੈਰਾ ਕੁਝ ਨਾਲ ਲੈ ਕੇ ਆਉਂਦੇ ਰਹਿੰਦੇ ਨਹੀਂ ਅੱਜ ਤਾਂ ਮੈਂ ਕੁਝ ਵੀ ਨਹੀਂ ਲਾਈ ਤੁਸੀਂ ਆਪ ਬਣਾਉਂਦੇ ਆ ਨਾ ਮੰਮੀ ਬਣਾਉਂਦੀ ਆਂਟੀ ਆਜੋ 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 ਇੰਟਰਵਿਊ ਚ ਆ ਜਾਓ ਆਜੋ ਮੇਰੀ ਇੰਟਰਵਿਊ ਚ ਵੈਸੇ ਲੋਕ ਆਏ ਨੇ ਤੁਸੀਂ ਤਾਂ ਫਿਰ ਵੀ ਸਟਾਰ ਇੱਕ ਸਟਾਰ ਦੇ ਮੰਮਾ ਹੋ ਨਾ ਆਂਟੀ ਕਿਚਨ ਦਾ ਕੰਮ ਆਉਂਦਾ ਹਾਂ ਕਿ ਆਉਂਦਾ ਸਰ ਇਹਦਾ ਅੱਜ ਕਈ ਜਣੇ ਮੰਮੀ ਬਣਾ ਕੇ ਦਿੰਦੇ ਨੇ ਨੇੜੇ ਹੋ ਜਾ ਮੜਾ ਮੈਂ ਆਪਣਾ ਮਾਈਕ ਇੱਧਰ ਕਰ ਲੈਣਾ ਨਹੀਂ ਨਹੀਂ ਕੋਈ ਨਹੀਂ ਬਸ ਠੀਕ ਹੈ ਮੈਂ ਤਾਂ ਹੁਣ ਤੇ ਥੋੜਾ ਥੋੜਾ ਆ ਗਿਆ ਹਾਂਜੀ ਪਹਿਲੇ ਵੀ ਬਣਾਉਂਦੀ ਸੀ ਇਹ ਅੱਛਾ ਕੀ ਬਣਾਉਣਾ ਕੀ ਸਿੱਖਿਆ ਸਭ ਤੋਂ ਪਹਿਲਾਂ ਇਹਨਾਂ ਨੇ ਸਭ ਤੋਂ ਪਹਿਲੇ ਸ਼ਾਹੀ ਪਨੀਰ ਆਉਂਦਾ ਤੁਹਾਨੂੰ ਹਾਂ ਕੜਾਈ ਪਨੀਰ ਸ਼ਾਹੀ ਪਨੀਰ ਪਨੀਰ ਦੀ ਸਾਰੀ ਰੈਸਪੀਜ਼ ਆਉਂਦੀ ਹੈ ਅੱਛਾ ਜਿਹੜਾ ਇਡਲੀ ਸਾਂਬਰ ਵਗੈਰਾ ਇਹ ਮੈਂ ਸੁਣਿਆ ਹੈ ਮੰਮੀ ਬਣਾਉਂਦੀ ਨਹੀਂ ਹਰ ਸੈਟ ਦੇ ਲੋਕ ਕੀ ਕਹਿ ਕੇ ਖਵਾਉਂਦੇ ਮੈਂ ਬਣਾ ਕੇ ਉਹ ਮੈਂ ਝੂਠ ਕਹਿ ਦਿੰਦੀ ਕੁੜੀਆਂ ਝੂਠ ਬੋਲਦੀਆਂ ਨੇ ਬਾਕੀ ਸੱਚ ਹੈ
ਪਤਾ ਵੀ ਲੱਗਣ ਲੱਗ ਰਿਹਾ। ਅੱਛਾ ਜਦੋਂ ਸੈੱਟ ਤੇ ਉੱਥੇ ਵੀ ਹੁੰਦੇ ਸੀ ਬਲੈਤੀ ਭਾਬੀ ਦੇ ਹਨਾ, ਤੇ ਬਹੁਤ ਸੋਹਣਾ ਕਰੈਕਟਰ ਸੀਗਾ ਉਹ, ਅਕਸਰ ਦੇਖਦੇ ਨੇ ਕਿਉਂਕਿ ਸਾਡੇ ਪਿੰਡਾਂ ਦੇ ਮੰਮੀਆਂ ਬਾਈ ਵੀ ਉਹੀ ਦੇਖਦੀਆਂ ਜ਼ਿਆਦਾ ਸੀਰੀਅਲਸ ਵਗੈਰਾ, ਤਾਂ ਮੈਨੂੰ ਲੱਗਦਾ ਉਹਨਾਂ ਨੂੰ ਵਿਚਾਰੇ ਅਸਲੀ ਆਮ ਦਾ ਪਤਾ ਹੀ ਨਹੀਂ ਹੁੰਦਾ ਵੀ ਇਮਲੀ ਆ ਗਈ ਇਮਲੀ ਆ ਗਈ। ਉਹ ਇਮਲੀ ਕੈਰੇਕਟਰ ਬਹੁਤ ਐਮਲੀ ਕੈਰੇਕਟਰ ਬਹੁਤ ਫੇਮਸ ਹੋਇਆ ਸੀ ਤੇ ਸਾਰਿਆਂ ਨੂੰ ਪਸੰਦ ਵੀ ਬਹੁਤ ਆਏ ਸੀ, ਪਰ ਉਹ ਛੇਤੀ ਬੰਦ ਹੋ ਗਿਆ ਸੀ ਸ਼ੋ, ਬਿਕਾਜ਼ ਸਾਰਿਆਂ ਦੀ ਹੋਰ ਕਮਿਟਮੈਂਟਸ ਵੀ ਸੀਗੀ। ਮੈਂ ਵੀ ਉਸ ਤੋਂ ਬਾਅਦ ਇੱਕ ਵੈਬ ਸੀਰੀਜ਼ ਕਰ ਰਹੀ ਸੀ, ਪਰ ਜਿੰਨਾ ਵੀ ਟਾਈਮ ਚੱਲਾ ਨਾ ਉਹ ਸੀਰੀਅਲ ਲੋਕਾਂ ਨੇ ਬਹੁਤ ਪਿਆਰ ਦਿੱਤਾ। ਅੱਛਾ ਉੱਥੇ ਬਹੁਤ ਸਾਰੇ ਕਰੈਕਟਰ ਵੀ ਨੇ, ਸੈਂਡੀ ਜਾਂ ਨਵਾਬ ਜਾਂ ਹੋਰ ਬਹੁਤ ਸਾਰੇ, ਕਿਹੜਾ ਕਿਹੜਾ ਕਰੈਕਟਰ ਤੁਹਾਨੂੰ ਵਧੀਆ ਲੱਗਦਾ, ਕਿਹੜਾ ਫੇਵਰਿਟ ਸੀਗਾ? ਮੈਨੂੰ ਤਾਂ ਸਾਰੇ ਵਧੀਆ ਲੱਗਦੇ ਸੀ, ਨਵਾਬ ਮੇਰਾ ਫੇਵਰਿਟ ਸੀ ਬਿਕਾਜ਼ ਉਹਦਾ ਕੈਰੇਕਟਰ ਹੀ ਬਹੁਤ ਫਨੀ ਸੀ ਗੁਰਸੇਵਕ ਦਾ। ਸੈਂਡੀ ਤਾਂ ਹੁਣ ਵੀ ਮੇਰਾ ਬੈਸਟ ਫਰੈਂਡ ਹੈ। ਗੁਰਸੇਵਕ ਹੈ? ਗੁਰਸੇਵਕ, ਗੁਰਸੇਵਕ ਮੰਡੀਰ, ਗੁਰਸੇਵਕ ਮੰਡੀਰ। ਮੈਂ ਇੱਕ ਦਿਨ ਤੁਹਾਡੀ ਮਤਲਬ ਇੰਸਟਾ ਤੁਹਾਡੇ ਦੇਖਿਆ ਪਰ ਮੇਰੇ ਹਾਂਜੀ ਹਾਂ, ਤਾਂ ਕਵਲਪ੍ਰੀਤ ਸੈਂਡੀ ਦਾ ਕੀਤਾ ਸੀ, ਮੇਰੀ ਦਾਦੀ ਕਿੰਨੀ ਵਧੀਆ ਸੀ, ਸੁਸ਼ਮਾ ਪ੍ਰਸ਼ਾਂਤ, ਤਾਂ ਉਹਨਾਂ ਸਾਰਿਆਂ ਦਾ ਬਹੁਤ ਵਧੀਆ ਸੀ। ਅੱਛਾ ਜੀ, ਗੱਲ ਕਰੀਏ, ਤੁਸੀਂ ਨੇ ਦੱਸਿਆ ਤੁਸੀਂ ਸੈੱਟ ਤੇ ਕੁੱਤਾ ਵੀ ਲੈ ਕੇ ਜਾਂਦੇ ਸੀ, ਆਪਣਾ ਡੌਗ ਸੋਰੀ ਹਨਾ, ਤੁਸੀਂ ਡੌਗ ਲੈ ਕੇ ਜਾਂਦੇ ਸੀ, ਤਾਂ ਅਕਸਰ ਡੌਗਸ ਗੰਦਗੀ ਕਰ ਦਿੰਦੇ ਨੇ ਇੱਧਰ ਉੱਧਰ, ਫਿਰ ਉਹਦਾ ਕੀ ਮੈਟਰ ਹੈ ਵੀ ਸਾਫ਼ ਸਫ਼ਾਈ ਮੈਂ ਸੁਣਿਆ ਤੁਸੀਂ ਆਪ ਕੀਤੀ ਹੈ? ਮੈਂ ਕਾਫੀ ਟਾਈਮ ਤੱਕ ਇੱਕ ਮਹੀਨਾ ਹੀ ਚੱਲਿਆ ਸੀ, ਉਸ ਤੋਂ ਬਾਅਦ ਸ਼ੂਟ ਨਾ, ਜਦ ਮੈਂ ਕੋਕੋ ਨੂੰ ਲਿਆ ਸੀ ਤਾਂ ਉਹ ਰੂਮ ਚ ਸੁੱਸੂ ਪੋਟੀ ਕਰ ਦਿੰਦਾ ਸੀ। ਪਹਿਲਾਂ ਪਹਿਲਾਂ ਤਾਂ ਸਾਰਿਆਂ ਨੇ ਕੰਪਰੋਮਾਈਜ਼ ਕਰ ਲਿਆ, ਚਲੋ ਕੋਈ ਨੀ, ਬਾਅਦ ਚ ਮੇਰੀ ਇੱਕ ਦੋ ਵਾਰੀ ਲੜਾਈ ਵੀ ਹੋ ਗਈ ਸੀ, ਮੈਂ ਕਿਹਾ ਕੁੱਤਾ ਉਹ ਤੋਂ ਕਰੂਗਾ, ਪਰ ਠੀਕ ਹੈ, ਸਾਰਿਆਂ ਨੇ ਪਿਆਰ ਵੀ ਬਹੁਤ ਕੀਤਾ ਉਹਨੂੰ, ਤਾਂ ਮਤਲਬ ਹੁਣ ਵੀ ਮੇਰੇ ਨਾਲ ਬਹੁਤ ਜ਼ਿਆਦਾ ਅਟੈਚਡ ਹੈ। ਸੁੱਸੂ ਪੋਟੀ ਆਪ ਆਪ ਕਰਨਾ ਤਾਂ ਕੁੜੀਆਂ ਤੋਂ ਵੀ ਡਰਦੀਆਂ ਨਹੀਂ? ਨਹੀਂ ਨਹੀਂ, ਮੈਂ ਨਹੀਂ, ਮੈਨੂੰ ਬਹਿ ਵੀ ਨਹੀਂ ਆਉਂਦਾ, ਉਹ ਮੇਰਾ ਬੱਚਾ ਹੈ। ਕੀ ਬਾਤ ਹੈ, ਮੈਨੂੰ ਲੱਗਦਾ ਬਈ ਇਸ ਦੁਨੀਆ ਤੇ ਡੌਗਸ ਦੀ ਜ਼ਿਆਦਾ ਕੀਮਤ ਹੈ ਆਪਣੇ, ਉਹ ਇੱਕ ਸੀਰੀਅਲ ਚ ਲੱਗ ਰਿਹਾ ਸੀ ਜੀਤੇ ਹੋਰ ਅਗਲੇ ਜਨਮ ਬਿਟੀ ਆਈ ਕੀ ਜੀ, ਅਗਲੇ ਜਨਮ ਦੇਖ ਕੇ ਬਾਬਾ ਜੂਨ ਕੋਈ ਚੰਗੀ ਚ ਪਾਈ। ਜੇ ਹੁਣ ਗੱਲ ਕਰੀਏ ਨਾ, ਉਹ ਵੀ ਬਹੁਤ ਸੋਹਣਾ ਕਰੈਕਟਰ ਅੱਜ ਦਾ ਕਰੈਕਟਰ ਸੀਗਾ ਜਿਹੜਾ, ਇਹਦੇ ਵਿੱਚ ਫਿਲਮ ਦੇ ਵਿੱਚ ਇੱਕ ਰਿਐਲਿਟੀ ਵੀ ਹੈ। ਬਿਲਕੁਲ ਹੈ, ਮੰਨਦੇ ਹੋ ਕਿ ਇਦਾਂ ਦੀਆਂ ਜਿਹੜੀਆਂ ਫਿਲਮਾਂ ਦੇ ਵਿੱਚ ਜਿਹੜਾ ਹੁਣ ਦਿਖਾਇਆ ਜਾ ਰਿਹਾ ਹੈ ਬਾਕੀ ਕੁੜੀਆਂ ਦੇ ਨਾਲ ਹੁੰਦਾ ਵੀ ਹੈ, ਪਰ ਇਦਾਂ ਨਹੀਂ ਹੋਣਾ ਚਾਹੀਦਾ ਇਸ ਨੂੰ? ਬਿਲਕੁਲ ਨਹੀਂ ਹੋਣਾ ਚਾਹੀਦਾ, ਟੈਲੈਂਟ ਨੂੰ ਰਿਸਪੈਕਟ ਦਿਓ, ਟੈਲੈਂਟ ਨੂੰ ਅੱਗੇ ਵਧਣ ਦਾ ਮੌਕਾ ਦਿਓ। ਮੇਰੇ ਨਾਲ ਵੀ ਇੱਕ ਦੋ ਵਾਰੀ ਹੋਏ ਹੈ ਇਦਾਂ ਦੇ ਐਕਸਪੀਰੀਅੰਸ, ਬਟ ਚਲੋ ਠੀਕ ਹੈ, ਉਹਨਾਂ ਦਾ ਨੇਚਰ ਹੈ, ਸਾਡਾ ਨੇਚਰ ਹੈ ਕਿ ਅਸੀਂ ਨਹੀਂ ਕਰਨਾ, ਤਾਂ ਅਸੀਂ ਹੌਲੀ ਹੌਲੀ ਪੌੜੀਆਂ ਤੇ ਚੜਨਗੇ, ਬਟ ਇੱਕ ਦਿਨ ਜ਼ਰੂਰ ਸਾਡਾ ਵੀ ਨਾ ਹੋਊਗਾ। ਅੱਛਾ, ਕਾਸਟਿੰਗ ਕਾਊਚ ਦੀ ਇੱਕ ਚੀਜ਼ ਰਹੀ, ਵੈਸੇ ਪੀਆਰ ਟੀਮ ਸਾਡੇ ਦਾ ਧੱਕਾ ਕਰਦੀ ਹੁੰਦੀ, ਹੁਣ ਵੀ ਇੱਦਾਂ ਦਾ ਕਰ ਲਈ, ਕੀ ਕਸੂਰ ਕੀ ਹੈ ਸਾਡਾ? ਹੁਣ ਤਾਂ ਮੈਂ ਬੰਦਾ ਵੀ ਆਪਦਾ ਪੱਟਿਆ ਹੋਇਆ ਸਰ, 2 ਮਿੰਟ ਲਾ ਲੈਣ ਤੇ ਜੇ ਲਾਉਣ ਦੋਗੇ, ਹੈ ਦੇਖੋ ਸਾਨੂੰ ਬੁਲਾ ਕੇ ਧੱਕਾ ਕਰਦੇ ਨੇ, ਕਿੰਨੀ ਮੁਸ਼ਕਲ ਅਸੀਂ ਤੁਹਾਡੇ ਤੱਕ ਪਹੁੰਚਦੇ ਹਾਂ, ਕਈ ਵਾਰ ਸਿਟਿੰਗ ਇੰਟਰਵਿਊ ਲਈ ਮੈਸੇਜ ਕਰਦੇ ਨੇ, ਹਾਂ ਕਰਦੇ ਕਰੋ, ਕਿਉਂਕਿ ਪ੍ਰੋਮੋਸ਼ਨਸ ਵੀ ਨਹੀਂ ਆ ਸਕੀ ਸੀ। ਹਾਂ ਚਲੋ, ਇੱਥੇ ਤਾਂ ਆ ਗਏ ਨਾ, ਰਾਈਟ, ਮੈਂ ਜੀ ਸੋਹਣਾ ਲੱਗਦਾ ਸੱਚ, ਮੈਂ ਤੁਹਾਨੂੰ ਦੱਸਦਾ ਸੋਹਣਾ ਲੱਗਦਾ ਪਿਆ ਸੀ, ਇਹ ਮੰਮੀ ਦੀ ਚੋਇਸ ਹੈ ਸੂਟ, ਮੈਂ ਪਹਿਲਾਂ ਕਹਿ ਲਗਿਆ ਸੀ ਆਂਟੀ ਦੀ ਪਸੰਦ, ਮੈਂ ਕਹਿ ਲਗਿਆ ਆਂਟੀ ਕੁੜੀਆਂ ਤਾਂ ਨਹੀਂ ਇਦਾਂ ਦਾ ਪਸੰਦ ਨਹੀਂ ਹੈ ਜੀ, ਕੁੜੀਆਂ ਤਾਂ ਨਹੀਂ ਇਦਾਂ ਦਾ ਪਸੰਦ ਕਰਦੀਆਂ ਨਾ? ਨਹੀਂ, ਇਹਦੀ ਪਸੰਦ ਮਤਲਬ ਸਾਨੂੰ ਦੋਵਾਂ ਨੂੰ ਪਸੰਦ ਆ ਗਿਆ ਸੀ, ਮੰਮੀ ਨੂੰ ਪਹਿਲਾਂ ਇਹ ਵਧੀਆ ਲੱਗਾ, ਮੈਂ ਕਿਹਾ ਹਾਂ ਇਹ ਤਾਂ ਵਧੀਆ ਲੈਣਾ ਪਏਗਾ। ਅੱਛਾ ਇਸ਼ਾ, ਇੱਕ ਚੀਜ਼ ਛੋਟੀ ਜਿਹੀ ਪੁੱਛਣਾ ਚਾਹੂੰਗਾ, ਰੀਲਸ ਦੇ ਲਈ ਲੋਕੇਸ਼ਨ ਸਭ ਤੋਂ ਵਧੀਆ ਕਿਹੜੀ ਹੈ? ਰੀਲਸ ਦੇ ਲਈ ਮੇਰੇ ਘਰ ਦੀ ਲੋਕੇਸ਼ਨ ਬਹੁਤ ਵਧੀਆ ਸੀ, ਹੁਣ ਮੈਂ ਛੱਡਤਾ ਉਹ ਫਲੈਟ, ਤਾਈ ਬੋਬੇ ਉੱਥੇ ਜਾ ਕੇ ਦੇਖੋ ਇੰਸਟਾਗ੍ਰਾਮ ਕੱਲੀ, ਮੈਂ ਕਿਹਾ ਯਾਰ ਹੋਰ ਲੋਕੇਸ਼ਨ ਕਿੱਥੇ ਨੇ, ਬਾਕੀ ਮੈਂ ਪੁੱਛ ਕੇ ਆਵਾਂ। ਫੇਵਰਿਟ ਦੀ ਗੱਲ ਕਰ, ਉਹ ਮੇਰੀ ਫੇਵਰਿਟ ਸੀ, ਹੁਣ ਉਹ ਕੋਈ ਹੁੰਦਾ ਵੀ ਨਹੀਂ ਨਾ, ਟ੍ਰਾਈਪੋਡ ਤੇ ਰੱਖ ਕੇ ਬਣਾਉਣੀ ਪੈਂਦੀ ਸੀ, ਤਾਂ ਫਿਰ ਉੱਥੇ ਹੀ ਕੰਫਰਟੇਬਲ ਹੁੰਦੀ ਹੈ, ਮੈਨੂੰ ਥੋੜੀ ਸ਼ਰਮ ਆਉਂਦੀ ਸੀ ਬਾਹਰ ਜਾ ਕੇ। ਹਾਂ, ਕਿਉਂ ਐਕਟਿੰਗ ਕਰਨ ਚ ਸ਼ਰਮ ਨਹੀਂ ਆਉਂਦੀ, ਬਟ ਰੀਲਸ ਬਣਾਉਣ ਚ ਆਉਂਦੀ ਆ, ਪਤਾ ਨਹੀਂ ਕਿਉਂ ਆਉਂਦੀ ਆ। ਮੈਂ ਜਬਰਦਸਤੀ ਬਣਾਓ ਪਰ ਇਹ ਬਣਾਤੀ, ਹਾਂ ਮੰਮੀ ਫੋਰਸ ਕਰਤੇ ਹੈ, ਬਣਾ ਬਣਾ ਕੋਈ ਨਹੀਂ ਹੁੰਦਾ, ਦੁਨੀਆ ਦੀ ਪਹਿਲੀ ਮੰਮੀ ਹੈ ਜਿਹੜੀ ਕੁੜੀ ਨੂੰ ਰੀਲਾਂ ਬਣਾ। ਮੇਰੇ ਕੋ ਪਸੰਦ ਹੈ ਕਿ ਅਲੱਗ ਅਲੱਗ ਮਤਲਬ ਗਾਣੇ ਅੱਛੇ ਅੱਛੇ ਚੂਜ਼ ਮੈਂ ਕਰਤੀ ਹੂੰ, ਫਿਰ ਇਹ ਬਣਾ ਦੇਤੀ ਹੈ। ਮਤਲਬ ਫੈਮਿਲੀ ਪੂਰੀ ਅਪਰੀਸ਼ੀਏਟ ਕਰਦੀ ਤੁਹਾਨੂੰ, ਕੀ ਬਾਤ ਹੈ। ਸੋ ਪੇਂਟਰ ਮੂਵੀ ਦੇ ਲਈ ਕੀ ਕਹਿਣਾ ਚਾਹੋਗੇ, ਪੇਂਟਰ ਮੂਵੀ ਦੇ ਲਈ ਦਰਸ਼ਕਾਂ ਨੂੰ ਅਪੀਲ ਕੀ ਕਰਨਾ ਚਾਹੋਗੇ? ਮੈਂ ਪੇਂਟਰ ਮੂਵੀ ਲਈ ਇੱਕੋ ਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਸਾਰੇ ਜਿਹੜੇ ਵੀ ਪੰਜਾਬ 'ਚ ਰਹਿੰਦੇ ਆ ਤੇ ਹੋਰ ਵੀ ਜਿੱਥੇ ਜਿੱਥੇ ਮੂਵੀ ਲੱਗੀ ਹੈ ਨਾ, ਇੱਕ ਵਾਰੀ ਤਾਂ ਜਾ ਕੇ ਆਪਣੀ ਫੈਮਿਲੀ ਨਾਲ ਇਹ ਮੂਵੀ ਵੇਖ ਕੇ ਆਓ, ਆਪਣੇ ਜਿਨ੍ਹਾਂ ਨਾਲ ਤੁਸੀਂ ਪਿਆਰ ਕਰਦੇ ਹੋ ਉਹਨਾਂ ਨਾਲ ਵੇਖ ਕੇ ਆਓ, ਬਟ ਇੱਕ ਵਾਰੀ ਹਾਲ 'ਤੇ ਜਾ ਕੇ ਆਹ ਮੂਵੀ ਜ਼ਰੂਰ ਵੇਖਿਓ, ਤੁਸੀਂ ਬਹੁਤ ਕੁਝ ਸਿੱਖੋਗੇ ਤੇ ਬਹੁਤ ਹੀ ਵਧੀਆ ਮੂਵੀ ਹੈ। ਤਾਜ ਸਰ ਦਾ ਥੈਂਕ ਯੂ, ਉਹਨਾਂ ਨੇ ਬਹੁਤ ਸੋਹਣੀ ਮੂਵੀ ਬਣਾਈ ਆ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ, ਸੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕੀਤੀ। ਸੋ ਸਾਨੂੰ ਈਸ਼ਾ ਗੁਪਤਾ ਜਿੰਨਾ ਆਪਾਂ ਗੱਲਬਾਤ ਕੀਤੀ ਹੈ, ਸੋ ਹੋਰ ਵੀ ਇੰਟਰਵਿਊਜ਼ ਲੈ ਕੇ ਆਉਂਦੇ ਰਹੋਗੇ ਜਿੰਨਾ ਫਿਲਮ ਵੈਕਸੀਨ।